ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਵੀ ਸ਼ਖਸ ਆਪਣੇ ਕੋਲ 50,000 ਤੋਂ ਵੱਧ ਪੈਸਾ ਨਹੀਂ ਰੱਖ ਸਕਦਾ, ਨਾ ਹੀ ਕਿਤੇ ਲਿਜਾ ਸਕਦਾ। ਜੇਕਰ ਉਹ ਰਸਤੇ ਦੇ ਵਿੱਚ ਫੜਿਆ ਗਿਆ ਤਾਂ ਉਸ ਤੋਂ ਪੁੱਛ ਪੜਤਾਲ ਹੋਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਲਾਇੰਗ ਸਕੁਐਡ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਵੱਖ ਵੱਖ ਲੋਕਾਂ ਤੋਂ 32,32,000 ਰੁਪਇਆ ਜ਼ਬਤ ਕੀਤਾ ਗਿਆ, ਜਿਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ। ਬਠਿੰਡਾ ਦੇ ਵਿੱਚ ਫਲਾਇੰਗ ਸਕੁਐਡ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ। 50,000 ਤੋਂ ਵੱਧ ਪੈਸਾ ਕੋਈ ਵੀ ਸ਼ਖਸ ਕਿਤੇ ਨਹੀਂ ਲਿਜਾ ਸਕਦਾ। ਜੇਕਰ ਰਸਤੇ ਦੇ ਵਿੱਚ ਫਲਾਇੰਗ ਸਕੁਐਡ ਟੀਮ ਉਸ ਤੋਂ ਪੁੱਛ ਪੜਤਾਲ ਕਰਦੀ ਹੈ ਤਾਂ ਉਸ ਨੂੰ ਦੱਸਣਾ ਹੋਵੇਗਾ ਕਿ ਇਹ ਪੈਸਾ ਕਿੱਥੋਂ ਅਤੇ ਕਿਵੇਂ ਲਿਆਂਦਾ ਗਿਆ ਔਰ ਕਿੱਥੇ ਲੈ ਕੇ ਜਾਇਆ ਜਾ ਰਿਹਾ। ਜੇਕਰ ਉਸਦੇ ਸਰੋਤ ਗਲਤ ਹੋਏ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਸਾਰੀ ਰਕਮ ਜ਼ਬਤ ਕੀਤੀ ਜਾਵੇਗੀ। ਜੇਕਰ ਉਸਨੇ ਸਹੀ ਦੱਸਿਆ ਤਾਂ ਉਸਦਾ ਪੈਸਾ ਮੋੜਿਆ ਜਾਵੇਗਾ। ਤਾਂ 50,000 ਦੀ ਲਿਮਿਟ ਆ ਜਿਹੜੀ ਉਹ ਚੋਣ ਕਮਿਸ਼ਨ ਦੇ ਵੱਲੋਂ ਰੱਖੀ ਗਈ ਹੈ। ਬਾਵਜੂਦ ਇਸਦੇ ਵੱਖ ਵੱਖ ਲੋਕਾਂ ਤੋਂ 32,32,000 ਰੁਪਇਆ ਬਠਿੰਡਾ ਦੀ ਫਲਾਇੰਗ ਸਕੁਐਡ ਟੀਮ ਦੇ ਵੱਲੋਂ ਜ਼ਬਤ ਕੀਤਾ ਗਿਆ। ਸਾਰੇ ਪੈਸੇ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਅੱਜ ਜਮ੍ਹਾਂ ਕਰਵਾਇਆ ਗਿਆ। ਰਾਤ ਨੂੰ FST ਟੀਮਸ ਨੇ ਚੈਕਿੰਗ ਕਰ ਰਹੀ ਸੀ ਫਲਾਇੰਗ ਸਕੁਐਡ ਟੀਮ ਜੋ ਸਾਡੀ, ਉਹਨਾਂ ਨੇ ਨਾਕਾਬੰਦੀ ਦੌਰਾਨ ਇੱਕ 385,000, ਇੱਕ 1,50,000 ਦੇ ਪੈਕਟਸ ਕੈਸ਼ ਜ਼ਬਤ ਕੀਤਾ, ਜੋ ਕਿ ਅਸੀਂ ਖਜ਼ਾਨਾ ਦਫ਼ਤਰ ਭੇਜ ਦਿੱਤਾ। ਅੱਜ ਸਵੇਰ ਵਾਲੀ ਜੋ ਫਲਾਇੰਗ ਸਕੁਐਡ ਟੀਮ ਆ ਉਹਦੇ ਵੱਲੋਂ ਇੱਕ 25,00,000 ਅਤੇ ਇੱਕ 1,97,000 ਦਾ ਕੈਸ਼ ਸੀਜ਼ ਕੀਤਾ ਗਿਆ, ਜ਼ਬਤ ਕੀਤਾ ਗਿਆ, ਜੋ ਕਿ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਜਮ੍ਹਾਂ ਕਰਾਉਣ ਲਈ। ਅਗਲੀ ਕਾਰਵਾਈ ਖਜ਼ਾਨਾ ਦਫ਼ਤਰ 'ਚ ਜਮ੍ਹਾਂ ਹੋਏਗਾ। ਅਗਰ ਇਹਨਾਂ ਨੂੰ ਜਿਨ੍ਹਾਂ ਕੋਲੋਂ ਵੀ ਕੈਸ਼ ਜ਼ਬਤ ਕੀਤਾ ਗਿਆ ਉਹਨਾਂ ਨੂੰ ਰਿਸਿਪਟ ਦਿੱਤੀ ਗਈ ਹੈ ਅਤੇ ਉਹਨਾਂ ਨੂੰ 7 ਦਿਨ ਦਾ ਪ੍ਰੋਸੀਜਰ ਹੈ ਵੀ 7 ਦਿਨਾਂ ਵਿੱਚ ਅਪੀਲ ਕਰ ਸਕਦੇ ਨੇ ਅਗਰ ਡਿਸਟ੍ਰਿਕਟ ਅਥਾਰਟੀ ਨੂੰ ਜਾ ਹਾਇਰ ਅਥਾਰਟੀ ਨੂੰ ਜਾ ਕੇ ਅਗਰ ਉਹਨਾਂ ਦਾ ਕੈਸ਼ ਜੈਨੂਇਨ ਹੈ ਤਾਂ ਉਹ ਅੱਗੇ ਅਗਲੀ ਕਾਰਵਾਈ ਵਿੱਚ ਕਰਨਗੇ। ਉਹਦੇ ਕੋਲ ਮਾਲਕ ਜੋ 1,97,000 ਵਾਲੇ ਜੋ ਪਰਸਨ ਹੈ ਉਹ ਤਾਂ ਕਹਿ ਰਹੇ ਕਿ ਅਸੀਂ ਜ਼ਿੰਮੇਦਾਰ ਹਾਂ ਅਤੇ ਸਾਡਾ ਸਬਜ਼ੀ ਗੁਡਸ ਵਗੈਰਾ ਵੇਚ ਰਹੇ ਹਾਂ ਉਹਨਾਂ ਦਾ ਕੈਸ਼ ਹੈ, ਅਤੇ 1,25,00,000 ਵਾਲੇ ਉਹ ਕਹਿ ਰਹੇ ਕਿ ਅਸੀਂ ਪੈਟਰੋਲ ਪੰਪ ਦੇ ਓਨਰ ਹਾਂ ਅਤੇ ਬੈਂਕ ਬੰਦ ਹੋਣ ਕਰਕੇ ਸਾਨੂੰ ਉਸ ਦੂਸਰੇ ਬੈਂਕ 'ਚ ਜਾਣਾ ਪੈ ਰਿਹਾ ਸੀ। ਅੱਗੇ ਕੀ ਅਪੀਲ ਕਰ ਰਹੇ ਹੋ? ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ 50,000 ਤੋਂ ਘੱਟ ਹੀ ਅਲਾਊਡ ਹੈ ਕੈਸ਼ ਕੈਰੀ ਕਰਨਾ, ਅਤੇ ਉਸ ਤੋਂ ਜ਼ਿਆਦਾ ਕੈਰੀ ਨਾ ਕਰੋ। ਕੋਡ ਆਫ ਕੰਡਕਟ ਦੀ ਨਿਯਮਾਂ ਦੀ ਪਾਲਣਾ ਕਰੋ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਵੀ ਸ਼ਖਸ ਆਪਣੇ ਕੋਲ 50,000 ਤੋਂ ਵੱਧ ਪੈਸਾ ਨਹੀਂ ਰੱਖ ਸਕਦਾ, ਨਾ ਹੀ ਕਿਤੇ ਲਿਜਾ ਸਕਦਾ। ਜੇਕਰ ਉਹ ਰਸਤੇ ਦੇ ਵਿੱਚ ਫੜਿਆ ਗਿਆ ਤਾਂ ਉਸ ਤੋਂ ਪੁੱਛ ਪੜਤਾਲ ਹੋਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫਲਾਇੰਗ ਸਕੁਐਡ ਦੀਆਂ ਟੀਮਾਂ ਤੈਨਾਤ ਕੀਤੀਆਂ ਗਈਆਂ ਨੇ। ਵੱਖ ਵੱਖ ਲੋਕਾਂ ਤੋਂ 32,32,000 ਰੁਪਇਆ ਜ਼ਬਤ ਕੀਤਾ ਗਿਆ, ਜਿਸ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾਇਆ ਗਿਆ। ਬਠਿੰਡਾ ਦੇ ਵਿੱਚ ਫਲਾਇੰਗ ਸਕੁਐਡ ਦਾ ਇਹ ਵੱਡਾ ਐਕਸ਼ਨ ਨਜ਼ਰ ਆਇਆ। 50,000 ਤੋਂ ਵੱਧ ਪੈਸਾ ਕੋਈ ਵੀ ਸ਼ਖਸ ਕਿਤੇ ਨਹੀਂ ਲਿਜਾ ਸਕਦਾ। ਜੇਕਰ ਰਸਤੇ ਦੇ ਵਿੱਚ ਫਲਾਇੰਗ ਸਕੁਐਡ ਟੀਮ ਉਸ ਤੋਂ ਪੁੱਛ ਪੜਤਾਲ ਕਰਦੀ ਹੈ ਤਾਂ ਉਸ ਨੂੰ ਦੱਸਣਾ ਹੋਵੇਗਾ ਕਿ ਇਹ ਪੈਸਾ ਕਿੱਥੋਂ ਅਤੇ ਕਿਵੇਂ ਲਿਆਂਦਾ ਗਿਆ ਔਰ ਕਿੱਥੇ ਲੈ ਕੇ ਜਾਇਆ ਜਾ ਰਿਹਾ। ਜੇਕਰ ਉਸਦੇ ਸਰੋਤ ਗਲਤ ਹੋਏ ਤਾਂ ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ, ਸਾਰੀ ਰਕਮ ਜ਼ਬਤ ਕੀਤੀ ਜਾਵੇਗੀ। ਜੇਕਰ ਉਸਨੇ ਸਹੀ ਦੱਸਿਆ ਤਾਂ ਉਸਦਾ ਪੈਸਾ ਮੋੜਿਆ ਜਾਵੇਗਾ। ਤਾਂ 50,000 ਦੀ ਲਿਮਿਟ ਆ ਜਿਹੜੀ ਉਹ ਚੋਣ ਕਮਿਸ਼ਨ ਦੇ ਵੱਲੋਂ ਰੱਖੀ ਗਈ ਹੈ। ਬਾਵਜੂਦ ਇਸਦੇ ਵੱਖ ਵੱਖ ਲੋਕਾਂ ਤੋਂ 32,32,000 ਰੁਪਇਆ ਬਠਿੰਡਾ ਦੀ ਫਲਾਇੰਗ ਸਕੁਐਡ ਟੀਮ ਦੇ ਵੱਲੋਂ ਜ਼ਬਤ ਕੀਤਾ ਗਿਆ।
ਸਾਰੇ ਪੈਸੇ ਨੂੰ ਸਰਕਾਰੀ ਖਜ਼ਾਨੇ ਦੇ ਵਿੱਚ ਅੱਜ ਜਮ੍ਹਾਂ ਕਰਵਾਇਆ ਗਿਆ। ਰਾਤ ਨੂੰ ਐਫ ਐਸ ਟੀ ਟੀਮਸ ਨੇ ਚੈਕਿੰਗ ਕਰ ਰਹੀ ਸੀ ਫਲਾਇੰਗ ਸਕੋਡ ਟੀਮ ਜੋ ਸਾਡੀ, ਉਹਨਾਂ ਨੇ ਨਾਕਾਬੰਦੀ ਦੌਰਾਨ ਇੱਕ 385,000, ਇੱਕ 1,50,000 ਦੇ ਪੈਕਟਸ ਕੈਸ਼ ਜ਼ਬਤ ਕੀਤਾ ਜੋ ਕਿ ਅਸੀਂ ਖਜ਼ਾਨਾ ਦਫ਼ਤਰ ਭੇਜ ਦਿੱਤਾ। ਅੱਜ ਸਵੇਰ ਵਾਲੀ ਜੋ ਫਲਾਇੰਗ ਸਕੋਡ ਟੀਮ ਆ ਉਹਦੇ ਵੱਲੋਂ ਇੱਕ 25,00,000 ਅਤੇ ਇੱਕ 1,97,000 ਦਾ ਕੈਸ਼ ਸੀਜ਼ ਕੀਤਾ ਗਿਆ, ਜ਼ਬਤ ਕੀਤਾ ਗਿਆ, ਜੋ ਕਿ ਅਸੀਂ ਅਗਲੀ ਕਾਰਵਾਈ ਕਰ ਰਹੇ ਹਾਂ ਜਮ੍ਹਾਂ ਕਰਾਉਣ ਦੀ। ਅਗਲੀ ਕਾਰਵਾਈ ਖਜ਼ਾਨਾ ਦਫ਼ਤਰ 'ਚ ਜਮ੍ਹਾਂ ਹੋਏਗਾ। ਅਗਰ ਇਹਨਾਂ ਨੂੰ ਜਿਨ੍ਹਾਂ ਕੋਲੋਂ ਵੀ ਕੈਸ਼ ਜ਼ਬਤ ਕੀਤਾ ਗਿਆ ਉਹਨਾਂ ਨੂੰ ਰਿਸਿਪਟ ਦਿੱਤੀ ਗਈ ਹੈ ਅਤੇ ਉਹਨਾਂ ਨੂੰ 7 ਦਿਨ ਦਾ ਪ੍ਰੋਸੀਜਰ ਹੈ ਵੀ 7 ਦਿਨਾਂ ਵਿੱਚ ਅਪੀਲ ਕਰ ਸਕਦੇ ਨੇ ਅੱਗੇ ਡਿਸਟ੍ਰਿਕਟ ਅਥਾਰਟੀ ਨੂੰ ਜਾ, ਹਾਇਰ ਅਥਾਰਟੀਜ਼ ਨੂੰ ਜਾ ਕੇ ਅਗਰ ਉਹਨਾਂ ਦਾ ਕੈਸ਼ ਜੈਨੂਇਨ ਹੈ ਤਾਂ ਉਹ ਅੱਗੇ ਅਗਲੀ ਕਾਰਵਾਈ ਵਿੱਚ ਕਰਨਗੇ ਉਹਦੇ ਕੋਲ। ਮਾਲਕ ਜੋ 1,97,000 ਵਾਲੇ ਜੋ ਪਰਸਨ ਹੈ ਉਹ ਤਾਂ ਕਹਿ ਰਹੇ ਕਿ ਅਸੀਂ ਜ਼ਿੰਮੀਦਾਰ ਹਾਂ ਅਤੇ ਸਾਡਾ ਸਬਜ਼ੀ ਕੀ ਕਹਿੰਦੇ ਹੈ ਗੁੜਸ ਵਗੈਰਾ ਵੇਚ ਰਹੇ ਹਾਂ ਉਹਨਾਂ ਦਾ ਕੈਸ਼ ਹੈ, ਅਤੇ 1,25,00,000 ਵਾਲੇ ਉਹ ਕਹਿ ਰਹੇ ਕਿ ਅਸੀਂ ਪੈਟਰੋਲ ਪੰਪ ਦੇ ਓਨਰ ਹਾਂ ਅਤੇ ਬੈਂਕ ਬੰਦ ਹੋਣ ਕਰਕੇ ਸਾਨੂੰ ਉਸ ਬੈਂਕ ਦੂਸਰੇ ਬੈਂਕ 'ਚ ਜਾਣਾ ਪੈ ਰਿਹਾ ਸੀ ਜਾਣ ਕਰਾਉਣ ਲਈ। ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਕਿ 50,000 ਤੋਂ ਘੱਟ ਹੀ ਅਲਾਊਡ ਹੈ ਕੈਸ਼ ਕੈਰੀ ਕਰਨਾ, ਅਤੇ ਉਸ ਤੋਂ ਜ਼ਿਆਦਾ ਕੈਰੀ ਨਾ ਕਰੋ, ਕੋਡ ਆਫ ਕੰਡਕਟ ਦੀ ਨਿਯਮਾਂ ਦੀ ਪਾਲਣਾ ਕਰੋ।